सिरसा जिला के रानिया विधानसभा के अंतर्गत गांव कुत्ताबड़ के ग्रामीणों ने आज चुनाव का बहिष्कार किया। काफी सालों से ग्रामीणों ने गौव में से होकर गुजरने वाली घग्गर नदी पर पुल न बनाने से प्रशासन और सरकार से खफा नजर आए। इसी के चलते मांग पूरी नहीं होने पर रोष स्वरूप चुनाव का बहिष्कार कर दिया। सूचना मिलने पर जिला निर्वाचन अधिकारी एवं उपायुक्त प्रभजोत सिंह प्रशासनिक अधिकारियों के साथ मौके पर पहुंचे और ग्रामीणों को समझाया। इस मौके पर भाजपा प्रत्याशी सुनीता दुगल भी गांव में पहुंची और ग्रामीणों को मतदान के लिए प्रेरित किया। ग्रामीणों में इस बात को लेकर रोष है कि तीन तीन सरकारें आई और चली गई, लेकिन उनकी मांग जस की तस बनी हुई है। ग्रामीणों ने कहा कि पहले चौटाला सरकार, फिर कांग्रेस सरकार और पिछले 4.5 साल से भाजपा सरकार ने केवल आश्वासन तो दिया, लेकिन पुल बनाने की जहमत नहीं उठाई। उन्होंने कहा कि घग्गर नदी पर पुल नहीं बन ए जाने से उन्हें 20 से 25 किलोमीटर का रास्ता तय करना पड़ता है। ग्रामीणों का कहना था कि सबसे नजदीक उनके रानिया मंडी पड़ती है, जो केवल 7 किलोमीटर दूर है, लेकिन पुल नहीं होने के कारण उन्हें 20 किलोमीटर का चक्कर काट कर आना पड़ता है। साडे जिहड़ी ये पुल दी मंग है जी, अज दी नहीं, 1996 तो लैके साडे पुल दी मंग है। सारियां सरकारां आउंदियां है, वादे करके चल जांदियां है, अफसर आउंदे अफसर ही वादे करके चल जांदे है। असी सारियां सरकारां नूं इह जिहड़ा ना मिंद कीती है वी साडा पुल बनाया जावे। इह जिहड़ा साडा कुत्ताबड़ पिंड है, इहदे इक हिस्सा साडे नाली दे परले बन्ने है, जिमींदारां दा पिंड है, जिहड़ा ढाणी संता सिंह वजदा है, साडी उत्थे जमीन है। साडा जिहड़ा परचेज सेंटर है, उह साडा मार्केट कमेटी राणिया नाल जुड़िया होया है। ਸਾਡੇ ਘੱਟ ਤੋਂ ਘੱਟ 150-200 ਜਿਹੜੇ ਬੱਚੇ ਹੈ ਉੱਥੇ ਆਪਦੇ ਜਿਹੜੇ ਮਿਹਨਤ ਮਜ਼ਦੂਰੀ ਕਰਦੇ, ਕਿਸੇ ਨੇ ਦੁਕਾਨ ਪਾ ਰੱਖੀ ਆ, ਕਿਸੇ ਨੇ ਆਪਦਾ ਦੁਕਾਨ 'ਤੇ ਕੰਮ ਕਰਦਾ ਹੈ, ਕਿਸੇ ਨੇ ਆਪਣਾ ਟੂਟੀਆਂ ਦਾ ਕੰਮ ਕਰ ਰੱਖਿਆ ਹੈ। ਸਾਡੇ ਘੱਟ ਤੋਂ ਘੱਟ ਜਿਹੜਾ 100 ਬੱਚਾ ਜਿਹੜੇ ਇੱਥੇ ਸਾਡੇ ਬੱਸਾਂ ਆਉਂਦੀਆਂ ਹੈ ਅਤੇ ਓਟੂ ਵੱਲ ਦੀ ਹੋ ਕੇ ਜਾਂਦੀਆਂ 25-25 ਕਿਲੋਮੀਟਰ। ਉਹ ਜਿਹੜਾ ਸਾਨੂੰ ਕਈ ਪ੍ਰੋਬਲਮ ਆ, ਇੱਕ ਪ੍ਰੋਬਲਮ ਨਹੀਂ ਹੈ। ਸਾਡਾ ਜਿਹੜਾ ਪਿੰਡ ਹੈ ਇਹ ਘੱਟ ਤੋਂ ਘੱਟ 30 ਪਿੰਡ ਇਸ ਪਿੰਡ ਦੇ ਨਾਲ ਲੱਗਦੇ ਆ ਅਤੇ ਕਿਸੇ ਸਰਕਾਰ ਨੇ ਸਾਡੀ ਸੁਣੀ ਨਹੀਂ। ਇਹ ਜਿਹੜਾ ਅੱਜ ਬਾਈਕਾਟ ਕੀਤਾ ਗਿਆ ਹੈ, ਇਹ ਕਿਸੇ ਨੇ ਧੱਕੇ ਨਾਲ ਨਹੀਂ ਕਰਵਾਇਆ। ਜਿਹੜਾ ਡੀ ਸਾਹਿਬ ਕਹਿੰਦੇ ਵੀ ਤੁਸੀਂ ਨਾ ਰੋਕੋ, ਅਸੀਂ ਕਿਸੇ ਨੂੰ ਵੋਟ ਪਾਉਣ ਤੋਂ ਨਹੀਂ ਰੋਕਿਆ, ਆਪਣੇ ਆਪ ਹੀ ਜਨਤਾ ਨੇ ਜਿਹੜਾ ਨਾ ਦੁਖੀ ਹੋ ਕੇ ਇਹ ਫੈਸਲਾ ਕੀਤਾ ਹੈ ਜੀ। ਇਹ ਤਾਂ 30 ਸਾਲ ਤੋਂ ਸਾਨੂੰ ਦਿੰਦੇ ਆਉਂਦੇ ਜੀ, ਅੱਜ ਅਸੀਂ ਮਤਲਬ ਪੁਲ ਬਣਾਉਣੇ। ਅੱਜ ਪਹਿਲਾਂ ਚੁਟਾਲੇ ਸਰਕਾਰ ਕਹਿ ਗਈ ਸਾ ਅਸੀਂ ਪੁਲ ਬਣਾਵਾਂਗੇ, ਫਿਰ ਕਾਂਗਰਸ ਕਹਿ ਗਈ ਉਹ ਉਦੋਂ ਵੀ ਨਹੀਂ ਬਣਾਇਆ, ਹੁਣ ਇਹ ਆਏ ਤੇ ਅਸੀਂ ਤੁਹਾਡੀ ਪੁਲ ਬਣਾਵਾਂਗੇ। ਅੱਜ ਤੱਕ ਇਹਨਾਂ ਵੀ ਸਾਡੀ ਕੱਖ ਨਹੀਂ ਕੀਤਾ ਤੇ ਝੂਠ ਮਾਰ ਤੋਂ ਸਿਵਾ ਇਹਨਾਂ ਦੇ ਪੱਲੇ ਕਿਸੇ ਦੇ ਹੀ ਕੁਛ ਨਹੀਂ ਹੈਗਾ। ਇਹ ਇੱਕ ਸਰਕਾਰ ਨਹੀਂ, ਤਿੰਨਾਂ ਸਰਕਾਰਾਂ ਨੇ ਸਾਨੂੰ ਝੂਠ ਮਾਰਿਆ। ਅਸੀਂ ਇਹ ਕਹਿਣਾ ਚਾਹੁੰਦੇ ਸਾਡੀ ਪੁਲ ਬਣਾਵੇ, ਅਸੀਂ ਵੋਟ ਪਾਉਣ ਨੂੰ ਆਵਾਂਗੇ, ਜਿੰਨੀ ਕਿ ਜਨਤਾ ਖੜੀ ਸਾਡੀ ਸਾਰੇ ਵੋਟ ਪਾਵਣਗੇ। ਆਹ ਚੀਜ਼ ਹੈ, ਆਹ ਸਾਡੀ ਮੰਗ ਹੈਗਾ। ਤਿੰਨ ਬੰਦੇ ਸਾਡੇ ਮਰ ਚੁੱਕੇ ਨੇ ਇੱਥੇ ਡੁੱਬ ਕੇ ਨਾਲੀ ਦੇ ਵਿੱਚ, ਆਹ ਸਾਰੇ ਪਿੰਡ ਨੂੰ ਪੁੱਛਿਆ ਜਾਵੇ ਜੇ ਨਹੀਂ ਮਰੇ ਤਾਂ। ਅੱਜ ਹਰ ਕੋਈ ਆਪਣੀ ਮਰਜ਼ੀ ਨਾਲ ਵੋਟ ਪਾਉਣ ਨਹੀਂ ਜਾ ਰਿਹਾ, ਇਹ ਉਹਨਾਂ ਨੂੰ ਰੋਕਿਆ ਨਹੀਂ ਜੀ, ਕੋਈ ਰੋਕਿਆ ਨਹੀਂ ਕਿਸੇ ਨੂੰ, ਬਿਲਕੁਲ ਆਪਦੀ ਮਰਜ਼ੀ ਨਾਲ ਨਹੀਂ ਜਾਂਦੇ ਵੀ ਸਾਡੀ ਪੁਲ ਬਣੇ ਤਾਂ ਅਸੀਂ ਪਾਵਾਂਗੇ। ਐਸਾ ਕਿਉਂ ਸਰ? ਐਸਾ ਹਮਾਰੇ ਗਾਂਵ ਕੀ ਕਈ ਟਾਈਮ ਪਹਿਲੇ ਸੇ ਮੰਗ ਰਹੀ ਹੈ ਗੱਗਰ ਪੁਲ ਕੀ, ਜੋ ਕਈ ਵਾਰ ਜੈਸੇ 40 ਸਾਲ ਹੋ ਗਏ ਜੇ ਮੰਗ ਰੱਖਦੇ ਹੋਏ, ਔਰ ਮੰਨ ਲਓ ਨੀਂਹ ਪੱਥਰ ਰੱਖ ਜਾਤੇ ਹੈ ਤੋ ਬਣਾ ਨਹੀਂ ਹੈ ਪੁਲ, ਇਸਕੀ ਵਜ੍ਹਾ ਸੇ ਬਾਰ ਬਾਰ ਜਹਾਂ ਪੇ ਸਮਾਨ ਰੱਖਾ ਗਿਆ ਸਾਰਾ ਤੋ ਉਠਾ ਕੇ ਲੈ ਗਏ, ਔਰ ਕਈ ਕਿਸਾਨ ਹੈ ਜੈਸੇ ਮੰਨ ਲਓ ਵਹਾਂ ਪੇ ਮੰਗ ਹੋਈ ਹੈ ਵੀ ਇਸਕੀ ਜਗ੍ਹਾ ਵੀ ਪੂਰੀ ਹੈ, ਜੋ 5 ਕਰਮ ਕੀ ਜਗ੍ਹਾ ਹੈ ਤੋ ਵਹਾਂ ਪੇ ਪੁਲ ਬੜੀਆ ਬਣ ਸਕਤਾ ਹੈ। ਉਹਨਾਂ ਨੇ ਬਾਰ ਬਾਰ ਸਭ ਕੇ ਸਾਥ ਖਿਲਵਾੜ ਕੀਆ, ਔਰ ਗਾਂਵ ਵਾਲੋਂ ਕਾ ਇਸਕਾ ਰੋਸ ਹੈ, ਕਿਉਂਕਿ ਮੰਡੀ ਵੀ ਯਹੀ ਰਾਣੀਆਂ ਕੀ ਹੈ, ਥਾਣਾ ਵੀ ਰਾਣੀਆਂ ਹੈ, ਔਰ ਸਭਸੇ ਨਜ਼ਦੀਕ ਜੋ ਸ਼ਹਿਰ ਹੈ ਉਹ ਗਾਂਵ ਰਾਣੀਆਂ ਹੀ ਹੈ। ਇਸ ਪੁਲ ਕਾ ਇਸਕਾ ਉਦਘਾਟਨ ਸਰ 4 ਵਾਰ ਤੋਂ ਪਹਿਲੇ ਹੋ ਚੁੱਕਾ ਹੈ, ਠੀਕ ਹੈ, ਅਭੀ 5ਵੀਂ ਵਾਰ ਕੌਣ ਕਰੇਗਾ ਕੌਣ ਨਹੀਂ ਕਰੇਗਾ ਜੇ ਨਹੀਂ ਮਾਲੂਮ ਸਰ। ਇਲੈਕਸ਼ਨ ਕਾ ਬਾਈਕਾਟ ਕਰਨਾ ਯੇ ਇੱਕ ਆਪਕਾ ਇਲੈਕਸ਼ਨ ਜੋ ਹੈ ਵੋਟ ਹੈ, ਵੋਟ ਨਾ ਸਿਰਫ ਆਪਕੇ ਇੱਕ ਰਾਈਟ ਹੈ ਬਲਕਿ ਆਪ ਇੱਕ ਡਿਊਟੀ ਵੀ ਹੈ, ਔਰ ਮੈਨੇ ਇਨਕੋ ਮੋਟੀਵੇਟ ਕੀਆ ਹੈ, ਸਭ ਤੋਂ ਕਹਾ ਹੈ ਕਿ ਆਪ ਆਪਣੇ ਵੋਟਿੰਗ ਰਾਈਟ ਕਾ ਇਸਤੇਮਾਲ ਜ਼ਰੂਰ ਕਰੇ, ਔਰ ਜੋ ਲੋਕ ਇਸਤੇਮਾਲ ਕਰਨਾ ਚਾਹਤੇ ਹੈ ਕਮ ਸੇ ਕਮ ਉਨਕੋ ਰੋਕੇ ਨਾ, ਕਿਉਂਕਿ ਉਹ ਕਾਨੂੰਨੀ ਜੁਰਮ ਵੀ ਹੈ, ਤੋ ਹਮ ਉਨਕੇ ਖਿਲਾਫ਼ ਇਨਕੇ ਕਾਰਵਾਈ ਵੀ ਕਰੇਂਗੇ ਅਗਰ ਹਮਾਰੀ ਨੌਲੇਜ ਮੇਂ ਆਤਾ ਹੈ ਕਿ ਕਹੀਂ ਇਨ੍ਹੋਂ ਨੇ ਰੋਕਾ ਹੈ।
इनको बताया गया है कि 21 कैंडिडेट जो हैं इंक्लूडिंग नोटा जो चुनावी मैदान में हैं, अगर जिस पार्टी को जिस कैंडिडेट को नोटा को जहां भी वोट करना चाहते हैं वोट करें, वोट के ना करने का कोई रीज़न नहीं है, क्योंकि जो इनकी डिमांड है वो इनको हमने कह दिया कि डिमांड आपकी जेन्युइन है, इसको इलेक्शन मॉडल कोड ऑफ कंडक्ट में हम इसको प्रसू नहीं कर सकते। मॉडल कोड ऑफ कंडक्ट घटने के बाद जो सरकार के गाइडलाइन होगी उसके अकॉर्डिंग कार्रवाई करेंगे। अब रेट का जो ऐसा इशू है जो मैं आज के दिन इनको कह दूँ कि ये रेट लगेगा, मेरे अख्तियार में नहीं है, तो इनको हमने बताया कि वोट आपको 5 साल बाद ये राइट मिलेगा, 5 साल तक फिर आप सोचोगे कि वोट अगर हम उस दिन कर देते तो ज़्यादा बढ़िया रहता, इसलिए इनको कहा गया कि वोटिंग राइट का इस्तेमाल करें, ये ना सिर्फ राइट है बल्कि एक इनकी ड्यूटी भी है। तो मैंने जो बताया, मैं इस समय रिटर्निंग अफसर हूँ, मैं इलेक्शन के मॉडल कोड ऑफ कंडक्ट में बाध्य हूँ, तो मैं कोई सरकार के प्रति कोई जवाब ना दूँ तो ज़्यादा बेटर है। इलेक्शन कमीशन ऑफ इंडिया की हिदायतों के अकॉर्डिंगली हम कार्रवाई कर रहे हैं। बाकी जो रेट का इशू है इनको हमने पहले भी बताया है कि वो जो है बाद में प्रसू किया जाए, इसमें हम वो कमिटमेंट, इसमें मैं आज के दिन ये कहूँ कि रेट ये दिलवा दिया जाएगा, मेरे लिए इख्तियार में नहीं है। थैंक यू के लिए, नोटा के लिए वोट करें, वोट का बहिष्कार करना ठीक नहीं है, ये मैंने इनको क्लियरली बताया। जिला उपायुक्त और सुनीता दुग समझाने के बाद कुछ ग्रामीण मतदान के लिए जरूर पहुंचे। अब देखना होगा कि मतदान संपन्न होने तक कितना प्रतिशत मतदान गांव में हो पाता है। न्यू न्यूज़ फॉर यू के लिए सिरसा से डॉक्टर गुलाब सिंह के साथ रानिया से पवन कालड़ा की रिपोर्ट।